ਸੁਖਬੀਰ ਸਿੰਘ ਬਾਦਲ ਤੇ ਕੀ ਗੱਲ ਕਰਨੀ ਹੈ ਜੀ? ਛੱਡੋ ਪਰ ਐਕਸਪਾਇਰੀ ਡੇਟਾਂ ਨੇ ਖਤਮ ਹੋ ਗਈਆਂ ਸਾਰੀਆਂ, ਸੁਖਬੀਰ ਸਿੰਘ ਬਾਦਲ ਦੇ ਅੱਲੇ ਪੱਲੇ ਕੁਛ ਨਹੀਂ ਆ, ਠੀਕ ਹੈ ਨਾ? ਉਹ ਤਾਂ ਆਪ ਦੀ ਲੜਾਈ ਲੜ ਰਹੇ, ਆਪਦਾ ਪਰਿਵਾਰ ਬਚ ਜਾਵੇ, ਉਹਨਾਂ ਦਾ ਐਡੀ ਵੱਡੀ ਗੱਲ। ਆ ਪ੍ਰਤਾਪ ਬਾਜਵਾ ਕੱਲ੍ਹ ਬੰਨ ਕੇ ਲਾਲਜੀ ਪਾਗਲ ਲੱਗਿਆ ਸੀ ਤੇ ਪ੍ਰਵਚਨ ਕਰਨ, ਇਹਦਾ ਭਰਾਪ ਦਾ ਬੀਜੇਪੀ ਤੁਰਿਆ ਫਿਰਦਾ ਜੀ। ਆਪ ਜਾ ਕੇ ਅਮਿਤ ਸ਼ਾਹ ਦੇ ਪੈਰੀਂ ਹੱਥ ਲਾਉਂਦੇ ਜਾ ਕੇ, ਇਹ ਆ ਸੁਖਪਾਲ ਖਹਿਰਾ ਵਰਗੇ ਚੱਲੇ ਅੱਜ, ਜਿੰਨੇ ਇਹਦੇ ਨਾਲ ਦੇ ਸਾਰੇ ਬੰਦੇ ਸਾਰੇ ਬੀਜੇਪੀ ਜਾਣ ਨੂੰ ਫਿਰਦੇ। ਆ ਧੰਨਵਾਦ ਆਪੇ ਕਰਨਾ, ਇਹਨਾਂ ਦੀ ਲੱਤਾਂ ਦਾ ਜਾਨ ਹੈ ਨਹੀਂ। ਕਾਂਗਰਸ ਤਾਂ ਖਤਮ ਹੋ ਗਈ, ਸਾਰੀ ਬੀਜੇਪੀ ਚ ਰਲ ਗਈ, ਹੁਣ ਇਹਨਾਂ ਦਾ ਆਪੇ ਧੰਨਵਾਦ ਕਰਨਾ। ਪ੍ਰਤਾਪ ਬਾਜਵੇ ਦਾ ਕੀ ਤੁਮਾਰਾ ਵੀ ਬੀਜੇਪੀ ਚ ਰਲ ਜਾਵੇ? ਉਹ ਸੁਖਬੀਰ ਸਿੰਘ ਬਾਦਲ ਜੀ ਦੀ ਘਰਵਾਲੀ ਬੀਜੇਪੀ ਦੇ ਵਿੱਚ ਮੰਤਰੀ ਸੀ ਔਰ ਕਿਸਾਨਾਂ ਦੇ ਹੱਕ ਦੀ ਗੱਲ ਕਰਦੇ ਸੀ, ਸਾਰਾ ਪੰਜਾਬ ਦੇਖਦਾ। ਇਹ ਮੈਸੇਜ ਔਰ ਰਿਕਾਰਡਿੰਗਾਂ ਜਨਤਕ ਕਰਤੀਆਂ, ਨਰਿੰਦਰ ਮੋਦੀ ਇਹਦੇ ਚੇਲੇ ਵਾਰ ਕੇ ਮੂੰਹ ਦਿਖਾਉਣ ਦੇ ਕਾਬਿਲ ਨਹੀਂ ਰਹਿਣਗੇ। ਜਿਹੜਾ ਇਹਨਾਂ ਨੇ ਪੰਜਾਬ ਦਾ ਲੁੱਟ ਕੇ 35 ਕਰੋੜ ਰੁਪਏ ਦੇ ਮਾਲਕ ਬਣੇ ਬੈਠੇ ਨੇ, ਸਿਸਮਾ ਫਾਰਮ ਬਣਾਏ ਹੋਏ ਆ, ਬੱਸਾਂ ਚਲਾਈਆਂ ਹੋਈਆਂ, ਉਹ ਪੰਜਾਬ ਲੁੱਟ ਕੇ, ਉਹ ਜਵਾਬ ਦੇਣ ਇਹਨਾਂ ਦਾ, ਉਹ ਜਵਾਬ ਦੇਣ ਇਸ ਗੱਲ ਦਾ। ਇਹ ਬੀਜੇਪੀ, ਅਕਾਲੀ ਦਲ, ਕਾਂਗਰਸ ਇਹ ਸਭ ਰਲੇ ਹੋਏ ਨੇ ਔਰ ਬੀਜੇਪੀ ਤੇ ਕਾਂਗਰਸ ਲਗਾਤਾਰ ਪੰਜਾਬ 'ਚ ਪੂਰੇ ਦੇਸ਼ ਦੇ ਵਿੱਚ ਇਹੋ ਜਿਹਾ ਮਾਹੌਲ ਬਣਾ ਰਿਹਾ, ਆਪਸ 'ਚ ਰਲੇ ਹੋਏ ਨੇ ਔਰ ਇੱਕ ਇੱਕ ਵਿਧਾਇਕ ਨੂੰ ਆਫਰ ਕਰਕੇ ਖੇਡਣ ਦੀ ਕੋਸ਼ਿਸ਼ ਕਰ ਰਹੇ ਆ। ਬਾਕੀ ਸਟੇਟਾਂ 'ਚ ਇਹਨਾਂ ਨੇ ਕੰਮ ਕੀਤਾ, ਪੰਜਾਬ ਦੇ ਵਿੱਚ ਵੀ ਕਰਨਾ ਚਾਹੁੰਦੇ ਆ, ਪਰ ਅਸੀਂ ਇਕੱਠੇ ਹੋ ਕੇ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਭਗਵੰਤ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ 92 ਦੇ 92 MLA ਹਾਂ ਜੀ। ਹੁਣ ਸ਼ਾਂਤੀ ਮਾਰਚ ਕੱਢਣ ਦੀ ਤਿਆਰੀ ਹੈ ਆਪਰੇਸ਼ਨ ਲੋਟਸ ਦੇ ਖਿਲਾਫ? ਹਾਂ ਬਿਲਕੁਲ ਕੱਢਾਂਗੇ ਜੀ, ਬਿਲਕੁਲ ਕੱਢਾਂਗੇ। ਇਹ ਸਾਡਾ ਰਾਈਟ ਹੈ, ਇਹ ਡੈਮੋਕ੍ਰੇਸੀ ਦੇ ਵਿੱਚ ਹੱਕ ਹੈ ਸਾਡਾ, ਆਪਣੀ ਗੱਲ ਕਹਿਣ ਦਾ ਹੱਕ ਹੈ ਸਾਨੂੰ। ਸਾਨੂੰ ਲੋਕਾਂ ਨੇ ਚੁਣਿਆ, ਸਾਨੂੰ ਬੀਜੇਪੀ ਨੇ ਨਹੀਂ ਚੁਣਿਆ, ਸਾਨੂੰ ਗਵਰਨਰ ਸਾਹਿਬ ਨੇ ਨਹੀਂ ਚੁਣਿਆ, ਲੋਕਾਂ ਨੇ ਚੁਣਿਆ, ਲੋਕਾਂ ਲਈ ਅਸੀਂ ਜਵਾਬਦੇ ਹਾਂ ਜੀ। ਜਿਹੜਾ ਸੁਨੇਹਾ ਸੈਸ਼ਨ ਬੁਲਾ ਕੇ ਦੇਣਾ ਚਾਹੁੰਦੇ ਸੀ ਉਹ ਸੈਸ਼ਨ ਬੁਲਾ ਕੇ ਨਹੀਂ ਦਿੱਤਾ ਗਿਆ, ਤਾਂ ਉਹ ਹੁਣ ਸ਼ਾਂਤੀ ਮਾਰਚ ਰਾਹੀਂ ਦਿੱਤਾ ਜਾਏਗਾ? ਕੋਈ ਗੱਲ ਨਹੀਂ, ਬਿਲਕੁਲ ਜੀ ਬਿਲਕੁਲ। ਸੁਨੇਹਾ ਤਾਂ ਅਸੀਂ ਪੂਰੇ ਪੰਜਾਬ ਲਈ, ਸੁਨੇਹਾ ਜਿਹੜਾ ਜਿਸ ਮਕਸਦ ਲਈ ਸਦਨ ਸੱਦਿਆ ਸੀਗਾ, ਉਹ ਸੁਨੇਹਾ ਤਾਂ ਚੱਲੇ ਜਾਣਾ ਜੀ। ਪੰਜਾਬ ਦੇ ਲੋਕ ਬੀਜੇਪੀ ਔਰ ਕਾਂਗਰਸ ਦੇ ਮੂੰਹ ਕਨੀ ਦੇਖ ਰਿਹਾ, ਉਹੀ ਕੈਪਟਨ ਅਮਰਿੰਦਰ ਸਿੰਘ ਜਿਹੜਾ 4.5 ਸਾਲ ਮੁੱਖ ਮੰਤਰੀ ਬਣ ਕੇ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਉਂਦਾ ਰਿਹਾ ਔਰ ਹੁਣ ਬੀਜੇਪੀ ਦੇ ਝੋਲੀ 'ਚ ਗਿਰ ਗਿਆ। ਆ ਪ੍ਰਤਾਪ ਬਾਜਵਾ ਕੱਲ੍ਹ ਬੰਨ ਕੇ ਲਾਲਜੀ ਪਾਗਲ ਲੱਗਿਆ ਸੀ ਇੱਥੇ ਪ੍ਰਵਚਨ ਕਰਨ, ਇਹਦਾ ਭਰਾਪ ਦਾ ਬੀਜੇਪੀ ਤੁਰਿਆ ਫਿਰਦਾ ਜੀ। ਆਪ ਜਾ ਕੇ ਅਮਿਤ ਸ਼ਾਹ ਦੇ ਪੈਰੀਂ ਹੱਥ ਲਾਉਂਦੇ ਜਾ ਕੇ, ਇਹ ਆ ਸੁਖਪਾਲ ਖਹਿਰਾ ਵਰਗੇ ਚੱਲੇ ਅੱਜ, ਜਿੰਨੇ ਇਹਦੇ ਨਾਲ ਦੇ ਸਾਰੇ ਬੰਦੇ ਸਾਰੇ ਬੀਜੇਪੀ ਜਾਣ ਨੂੰ ਫਿਰਦੇ ਆ। ਪਰ ਪ੍ਰਤਾਪ ਬਾਜਵਾ ਹੋਰਾਂ ਦਾ ਧੰਨਵਾਦ ਕੀਤਾ ਗਵਰਨਰ ਦਾ? ਆ ਧੰਨਵਾਦ ਆਪੇ ਕਰਨਾ, ਇਹਨਾਂ ਦੀ ਲੱਤਾਂ ਦਾ ਜਾਨ ਹੈ ਨਹੀਂ। ਕਾਂਗਰਸ ਤਾਂ ਖਤਮ ਹੋ ਗਈ, ਸਾਰੀ ਬੀਜੇਪੀ 'ਚ ਰਲ ਗਈ, ਹੁਣ ਇਹਨਾਂ ਦਾ ਆਪੇ ਧੰਨਵਾਦ ਕਰਨਾ। ਪ੍ਰਤਾਪ ਬਾਜਵੇ ਦਾ ਕੀ ਤੁਮਾਰਾ ਹੈ ਵੀ ਬੀਜੇਪੀ 'ਚ ਰਲ ਜਾਵੇ? ਅਗਰ ਇਸ ਤਰ੍ਹਾਂ ਦਿੱਲੀ ਵਾਂਗ ਜੇ ਇੱਥੇ ਵੀ ਟੱਸਰ ਸ਼ੁਰੂ ਹੋ ਗਈ ਤਾਂ ਫਿਰ ਅੱਗੇ ਕਿੱਦਾਂ ਚੱਲੇਗਾ? ਦੇਖੋ, ਲੋਕਤੰਤਰ ਦੇ ਵਿੱਚ 92 MLA ਦੀ ਪ੍ਰਚੰਡ ਬਹੁਮਤ ਦੀ ਸਰਕਾਰ ਨੂੰ ਅਗਰ ਇਹ ਇੱਦਾਂ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਠੀਕ ਹੈ ਨਾ, ਤਾਂ ਉਹਨਾਂ ਨੂੰ ਡਰਾਉਣ ਦੀ, ਧਮਕਾਉਣ ਦੀ ਮੈਸੇਜ ਕਰਕੇ ਬੜਾ ਕੁਛ ਅੱਜ ਹੋਣਾ ਸੀਗਾ ਜੀ, ਠੀਕ ਹੈ ਨਾ। ਬਾਦਲ ਨੇ ਵੀ ਧੰਨਵਾਦ ਕੀਤਾ ਗਵਰਨਰ ਸਾਹਿਬ। ਸੁਖਬੀਰ ਸਿੰਘ ਬਾਦਲ ਤੇ ਕੀ ਗੱਲ ਕਰਨੀ ਹੈ ਜੀ? ਛੱਡੋ ਪਰ ਐਕਸਪਾਇਰੀ ਡੇਟਾਂ ਨੇ ਖਤਮ ਹੋ ਗਈਆਂ ਸਾਰੀਆਂ, ਸੁਖਬੀਰ ਸਿੰਘ ਬਾਦਲ ਦੇ ਅੱਲੇ ਪੱਲੇ ਕੁਛ ਨਹੀਂ ਆ, ਠੀਕ ਹੈ ਨਾ। ਉਹ ਤਾਂ ਆਪ ਦੀ ਲੜਾਈ ਲੜ ਰਹੇ, ਆਪਦਾ ਪਰਿਵਾਰ ਬਚ ਜਾਵੇ, ਉਹਨਾਂ ਦਾ ਐਡੀ ਵੱਡੀ ਗੱਲ ਹੈ ਜੀ। ਡਰਾਮੇ ਕਰਦੀ ਕਹਿੰਦੀ ਆਮ ਆਦਮੀ ਪਾਰਟੀ। ਕੌਣ ਕਹਿੰਦਾ ਜੀ? ਵਿਰੋਧੀ ਕਹਿ ਰਹੇ ਆ ਤੁਹਾਡੇ। ਵਿਰੋਧੀਆਂ ਨੇ ਤਾਂ ਕਹਿਣਾ ਹੀ ਆ ਜੀ, ਇਹਨਾਂ ਨੇ ਜਿਹੜਾ ਡਰਾਮਾ ਪਿਛਲੇ 44 ਸਾਲਾਂ 'ਚ ਪੰਜਾਬ ਨਾਲ ਕੀਤਾ ਅਕਾਲੀਆਂ ਕਾਂਗਰਸੀਆਂ ਨੇ, 19 ਸਾਲ ਅਕਾਲੀ ਦਲ ਨੇ ਰਾਜ ਕੀਤਾ, 25 ਸਾਲ ਕਾਂਗਰਸ ਨੇ ਰਾਜ ਕੀਤਾ, ਉਹ ਡਰਾਮਾ ਸਾਰਾ ਪੰਜਾਬ ਦੇਖ ਰਿਹਾ ਜੀ। ਹੈਂ, ਉਹ ਸੁਖਬੀਰ ਸਿੰਘ ਬਾਦਲ ਜੀ ਦੀ ਘਰਵਾਲੀ ਬੀਜੇਪੀ ਦੇ ਵਿੱਚ ਮੰਤਰੀ ਸੀਗੀ ਔਰ ਕਿਸਾਨਾਂ ਦੇ ਹੱਕ ਦੀ ਗੱਲ ਕਰਦੇ ਸੀ, ਸਾਰਾ ਪੰਜਾਬ ਦੇਖਦਾ ਜੀ। ਇਹ ਵੀ ਉਦੋਂ ਲੱਗਦਾ ਹੈ ਕਿ ਜੋ ਪੰਜਾਬ 'ਚ ਉਹੀ ਚੀਜ਼ਾਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਜਿਹਦਾ ਮੈਸੇਜ ਹਿਮਾਚਲ ਤੇ ਗੁਜਰਾਤ 'ਚ ਦਿੱਤਾ ਜਾ ਸਕੇ। ਨਹੀਂ, ਦੇਖੋ ਮੇਰੀ ਗੱਲ ਸੁਣੋ, ਇੱਕ ਚੁਣੀ ਹੋਈ ਪ੍ਰਚੰਡ ਬਹੁਮਤ ਦੀ ਸਰਕਾਰ ਨੂੰ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਗਰਾਉਣ ਦੀ, ਠੀਕ ਹੈ ਨਾ ਜੀ। ਇਹ ਕੰਮ ਇਹਨਾਂ ਨੇ ਪਹਿਲਾਂ MP 'ਚ ਕੀਤਾ, ਹੁਣ ਮਹਾਰਾਸ਼ਟਰ 'ਚ ਕੀਤਾ, ਬਿਹਾਰ ਦੇ ਵਿੱਚ ਇਹਨਾਂ ਨੂੰ ਮੂੰਹ ਦੀ ਖਾਣੀ ਪਈ ਹੈ। ਚਲੋ, ਉਹ ਥੋੜ੍ਹਾ ਸ਼ੈਤਾਨ ਸੀਗੇ, ਸ਼ੈਤਾਨ ਸਮਝ ਲਓ, ਚਲਾਕ ਸੀਗੇ ਅਮਿਤ ਨਿਤੀਸ਼ ਕੁਮਾਰ, ਉਹ ਪਾਲਾ ਚੇਂਜ ਕਰਕੇ ਫਿਰ ਮੁੱਖ ਮੰਤਰੀ ਬਣ ਗਏ। BJP ਨੇ ਜਿਹੜਾ ਕੰਮ ਫੜਿਆ ਹੈ ਜੀ ਖਰੀਦੋ ਫਰੋਖਤ ਦਾ, ਇਹ ਦੇਸ਼ ਲਈ ਖਤਰਨਾਕ ਆ, ਲੋਕਤੰਤਰ ਲਈ ਖਤਰਨਾਕ ਆ। ਲੋਕਾਂ ਦੁਆਰਾ ਚੁਣੀ ਗਈ ਸਰਕਾਰ ਨੂੰ ਨਕਾਰ ਕੇ ਹਾਰੇ ਹੋਏ ਨਿਕੰਮੇ ਬੰਦਿਆਂ ਨੂੰ ਦੁਬਾਰਾ ਤੁਸੀਂ ਉਹਨਾਂ ਨੂੰ ਮੌਕਾ ਦੇ ਕੇ ਇੱਕ ਸਰਕਾਰ ਬਣਾਉਣੀ, ਇਹ ਲੋਕਤੰਤਰ ਦਾ ਬਹੁਤ ਵੱਡਾ ਕਾਰਨ ਹੈ। ਕਹਿੰਦੇ ਕਿ ਵਿਰੋਧੀ ਕਹਿੰਦੇ ਕਿ ਸ਼ੋਸ਼ਾ ਕ੍ਰੀਏਟ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਦੇ ਵੱਲੋਂ, ਕਹਿੰਦੇ ਕਿ ਜੇ ਕਿਸੇ ਨੂੰ ਫੋਨ ਆਇਆ ਕਹਿੰਦੇ ਰਿਕਾਰਡਿੰਗ ਰੱਖੋ, ਕੋਈ ਨਾ, ਸਾਰਾ ਕੁਝ ਦੇਤਾ DGP ਸਾਹਿਬ ਨੂੰ, ਸਭ ਕੁਝ ਦੇਤਾ। ਅਰਵਿੰਦ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਜੇ ਮੈਸੇਜ ਔਰ ਰਿਕਾਰਡਿੰਗਾਂ ਜਨਤਕ ਕਰਤੀਆਂ, ਨਰਿੰਦਰ ਮੋਦੀ ਇਹਦੇ ਚੇਲੇ ਵਾਰ ਕੇ ਮੂੰਹ ਦਿਖਾਉਣ ਦੇ ਕਾਬਿਲ ਨਹੀਂ ਰਹਿਣਗੇ। ਤੁਹਾਨੂੰ ਵੀ ਕੋਈ ਫੋਨ ਕਾਲ ਆਈ ਕਿ ਨਹੀਂ? ਨਹੀਂ, ਦੱਸਣਾ ਸੀ ਅੱਜ ਬੜਾ ਕੁਛ, ਅੱਜ ਹੁਣ ਸਦਨ ਹੀ ਇਹਨਾਂ ਨੇ ਨਹੀਂ ਹੋਣ ਦਿੱਤਾ ਕੋਈ। ਨਹੀਂ, ਵੈਸੇ ਤਾਂ BJP ਦੀ ਔਕਾਤ ਨਹੀਂ ਸਾਨੂੰ ਫੋਨ ਕਰਿਆ, ਇਹ ਤਾਂ ਔਰਗੈਨਿਕ 24 ਘੰਟੇ ਤੋਂ ਫੋਨ ਉਹਨਾਂ ਨੂੰ। ਦੇਖੋ ਜੀ, ਉਹਨਾਂ ਨੇ ਆਪਣਾ ਜਵਾਬ ਦੇਣਾ, BJP ਦੀ ਔਕਾਤ ਨਹੀਂ ਹੈ ਕਿ ਦੇਵ ਮਾਨ ਨੂੰ ਫੋਨ ਕਰਕੇ ਕਹੇ ਵੀ ਸਾਡੇ ਨਾਲ ਆ ਜਾਓ। ਅਸੀਂ ਤਾਂ ਪੱਕੇ ਚੇਲੇ ਆ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਦੇ, ਅਸੀਂ ਨਹੀਂ ਹਿਲਦੇ। ਕਰੋੜ ਦੀ ਗੱਲ ਕਰ ਰਹੇ, ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ 25 ਰੁਪਈਆਂ 'ਚ ਨਾ ਖਰੀਦੇ, ਇਹ ਗੱਲ ਕੌਣ ਕਹਿੰਦਾ ਜੀ? ਵੇਰਕਾ ਹੋਣਾ ਦਾ ਬਿਆਨ ਹੈ। ਵੇਰਕਾ ਜਿਹੜਾ ਆਪ ਪਹਿਲਾਂ ਕਾਂਗਰਸ
लुट के 35 करोड़ रुपए मालिक बने बैठे ने सिस्टम फार्म बनाए हुए बसा चलाई हुई पंजाब लुट के जवाब देने इन्हां दा जी जवाब देने इस गल का। यह बीजेपी अकाली दल कांग्रेस ये सब रले।